ਕਿਤਨੇ ਦੋਸਤ ਹੈ ਬਾਬ ਅੱਖਾਂ ਚੋਂ ਆਂਸੂ ਨੇ। ਹਜ਼ਰਤ ਸਈਦ ਬਿਨ ਅਮਰ ਕਹਿੰਦੇ ਨੇ ਹੋਰ ਦੱਸੋ, ਕਹਿੰਦੇ ਜੀ ਸ਼ਾਮਾਂ ਪਿੱਛੇ ਸਾਨੂੰ ਮਿਲਦਾ ਹੀ ਨਹੀਂ। ਓਏ ਲੋਕੋ ਰਮਜ਼ਾਨ ਚ ਸੁਣ ਲੈਣਾ, ਇਮਾਨ ਅਮਰ ਇਹਤਸਾਬਨ, ਇਹ ਸਿਰਫ ਗੱਲਾਂ ਹੀ ਨੇ ਜ਼ਬਾਨ ਦੀਆਂ। ਇੰਨਾ ਕੀਤਾ ਹੀ ਆਪਣਾ ਇਹਤਸਾਬ, ਮਰਨ ਤੋਂ ਪਹਿਲਾਂ ਮਰ ਗਏ ਬਾਹੂ, ਜਿੰਨਾ ਹੱਕ ਦੀ ਰਮਜ਼ ਪਛਾਤੇ। ਆ ਲੋ ਵੀ ਕਹਿੰਦੇ ਨੇ ਸ਼ਾਮਾਂ ਪਿੱਛੇ ਸਾਨੂੰ ਮਿਲਦਾ ਹੀ ਨਹੀਂ, ਸਾਨੂੰ ਲੋੜ ਪੈ ਜੇ ਸਾਡਾ ਗਵਰਨਰ ਬੂਹਾ ਹੀ ਨਹੀਂ ਖੋਲਦਾ। ਕਹਿੰਦੇ ਨੇ ਸ਼ਾਮੋ ਪਿੱਛੇ ਮੈਂ ਇਸ ਵਾਸਤੇ ਨਹੀਂ ਮਿਲਦਾ, ਮੈਂ ਜਿਹੜੇ ਸੁਬਾਹ ਨੂੰ ਫੈਸਲੇ ਕੀਤੇ ਹੁੰਦੇ ਨੇ, ਮੈਂ ਵਜ਼ੂ ਕਰਕੇ ਮਸੱਲੇ ਤੇ ਖਲੋ ਜਾਂਦਾ। ਅੱਲਾਹ ਜੇ ਮੇਰੇ ਕੋਲ ਗਲਤੀ ਹੋਵੇ ਮੈਨੂੰ ਇੱਥੇ ਹੀ ਮਾਫ ਕਰ ਦੀ, ਫੈਸਲੇ ਤੇ ਮੈਂ ਹੱਕ ਸਮਝ ਕੇ ਕੀਤੇ ਨੇ, ਤੇ ਜੇ ਕੋਈ ਗਲਤੀ ਹੋਵੇ ਇੱਥੇ ਹੀ ਮਾਫ ਕਰ ਦੀ, ਤੇਰੀ ਅਦਾਲਤ ਚ ਮੈਂ ਜਵਾਬ ਨਹੀਂ ਦੇ ਸਕਦਾ। ਕਹਿੰਦੇ ਜੀ ਮੈਂ ਤੇਰਾ ਅੱਲਾ ਅੱਲਾ ਕਰ। ਆਜ ਕਿਤਨੇ ਮੁਸਲਮਾਨ ਬੈਠੇ ਜਿਹੜੇ ਪੰਜ ਟਾਈਮ ਦੇ ਮਾਲਿਕ ਕੀ ਯੌਮੇ ਦੀਨ ਕਹਿ ਕੇ ਤੇ ਸ਼ਾਮ ਨੂੰ ਹਿਸਾਬ ਕਰਦੇ, ਮੈਂ ਚੁਗਲੀਆਂ ਕਿੰਨੀਆਂ, ਮੈਂ ਠੱਗੀ ਕਿੰਨੀ ਮਾਰੀ, ਮੈਂ ਕਿਸੇ ਦਾ ਹੱਕ ਕਿੰਨਾ ਖਾਧਾ, ਮੈਂ ਭਰਾ ਨੂੰ ਗਾਲਾਂ ਕਿੰਨੀਆਂ ਕੱਢੀਆਂ, ਕਿਸੇ ਦੇ ਰਿਸ਼ਤੇ ਕਿੰਨੇ ਤੁੜਾਏ ਨੇ, ਮੈਂ ਕਿਸੇ ਦਾ ਹਾਸਦ ਕਿੰਨਾ ਕੀਤਾ ਹੈ, ਚੁਗਲੀ ਕਿੰਨੀ ਕੀਤੀ ਹੈ। ਇੱਜ਼ਤ ਕਿਸੇ ਦੀ ਵੇਖਣ ਸੜਿਆ ਕਰ, ਕੋਠੀ ਕਿਸੇ ਦੀ ਵੇਖਣ ਮਰਿਆ ਕਰ, ਔਲਾਦ ਕਿਸੇ ਦੀ ਵੇਖ ਤੂੰ ਜਰਿਆ ਕਰ, ਨਾ ਜਾਦੂ ਟੂਣੇ ਕਰਿਆ ਕਰ, ਨਾ ਵੇਖੀ ਮਾਲ ਸ਼ਰੀਕਾਂ ਦੇ ਸੁਖ ਮਿਲਦੇ ਨਾਲ ਨਸੀਬਾਂ ਦੇ। ਇਹ ਅੱਲਾ ਪਾਕ ਦੀਆਂ ਮਰਜ਼ੀਆਂ ਨੇ। ਹਜ਼ਰਤ ਜਨਾਬੇ ਸਲਮਾਨ ਫਾਰਸੀ ਰਜ਼ੀ ਅੱਲਾਹੁ ਤਾਲਾ ਤਿੰਨ ਸਾਲ ਗਵਰਨਰ ਰਹਿ ਕੇ ਆਏ, ਹਜ਼ਰਤ ਉਮਰ ਨੇ ਉਹਨਾਂ ਦਾ ਵੀ ਇਹਤਸਾਬ ਕਰ ਲਿਆ। ਆਉਂਦੇ ਨੇ ਗਵਰਨਰ ਸਾਹਿਬ ਅਸਲਾਮ ਅਲੈਕੁਮ, ਕਹਿੰਦੇ ਵਾਲੇਕੁਮ ਅਸਲਾਮ, ਕਿਵੇਂ ਆਉਣੇ ਹੋਏ? ਕਹਿੰਦੇ ਜੀ ਕੀ ਕਮਾ ਕੇ ਲਿਆਂਦਾ, ਤਿੰਨ ਸਾਲ ਗਵਰਨਰ ਰਹਿ ਕੇ ਆਏ ਜੇ ਰਾਮ ਦੇ। ਆਉਂਦੇ ਹਜ਼ਰਤ ਮੈਂ ਕੀ ਲੈ ਕੇ ਆਉਣਾ ਹੈ, ਮੈਂ ਆਪਣਾ ਇਮਾਨ ਬਚਾ ਕੇ ਲੈ ਆਉਂਦਾ। ਕਹਿੰਦੇ ਇੱਕ ਲੱਕੜੀ ਦਾ ਪਿਆਲਾ ਲੈ ਕੇ ਗਿਆ ਸਾਂ, ਰਾਤ ਸੁੱਕੀਆਂ ਰੋਟੀਆਂ ਉਹਦੇ 'ਚ ਭਿਉਂ ਦੇਣਾ ਸਾਂ, ਸੁਬਾਹ ਪਾਣੀ 'ਚ ਉੱਠ ਕੇ ਖਾ ਲੈਣਾ ਸਾਂ। ਆਂਦੇ ਨੇ ਹਜ਼ਰਤ ਕਹਿੰਦੇ ਵੀ ਤੂੰ ਰੋਟੀ ਸਾਲੋ ਨਾ ਖਾ ਲੈਣੀ ਸੀ? ਕਹਿੰਦੇ ਮੈਨੂੰ ਡਰ ਆਉਂਦਾ ਸੀ ਕਿਤੇ ਕਿਆਮਤ ਨੂੰ ਮੇਰੀ ਰਾਇਆ ਚੁੱਕ ਬੰਦਾ ਉੱਠ ਕੇ ਨਾ ਕਹਿ ਦੇ ਅੱਲਾ ਮੇਰਾ ਗਵਰਨਰ ਗੋਸ਼ਤ ਨਾਲ ਰੋਟੀਆਂ ਖਾਂਦਾ ਸੀ ਤੇ ਮੇਰੇ ਕੋਲ ਰਾਤ ਫੋਕੀ ਰੋਟੀ ਖਾਣ ਲਈ ਪੈਸੇ ਨਹੀਂ ਸੀ, ਕਿੰਨਾ ਅੱਲਾ ਦਾ ਡਰ ਹੈ, ਮੈਂ ਸੁੱਕੀਆਂ ਰੋਟੀਆਂ ਇਸ ਲਈ ਖਾਣਾ ਹੈ। ਤੇ ਕਹਿੰਦੇ ਨੇ ਹੋਰ ਕੀ ਲੈ ਕੇ ਆਏ? ਆਂਦੇ ਜਿਹੜੇ ਕੁਰਤੇ 'ਚ ਗਿਆ ਸਾਂ ਉਸੇ ਕੁਰਤੇ 'ਚ ਵਾਪਸ ਆਇਆ, ਮੈਂ ਆਪਣਾ ਇਮਾਨ ਬਚਾ ਕੇ ਲੈ ਆਂਦਾ। ਹੁਣ ਇਹਨਾਂ ਦਾ ਕੌਣ ਇਤਸਾਬ ਕਰੂ ਜਿੰਨਾ ਆਪਣਾ ਇਤਸਾਬ ਆਪ ਹੀ ਕਰ ਲਿਆ ਵੇ? ਅਗਲੀ ਗੱਲ ਬੜੀ ਵੱਡੀ ਸੁਣਨ ਵਾਲੀ ਏ। ਹਜ਼ਰਤ ਇਮਾਮ ਸ਼ਾਫੀ ਰਹਿਮਤੁੱਲਾ ਲੈ ਜੇਬ ਕੱਟੀ ਗਈ, ਸਾਡੇ ਇੱਥੇ ਮਸੀਤਾਂ ਦੇ ਬਾਹਰ ਖੜੇ ਹੁੰਦੇ ਨੇ, ਜੇ ਮੇਰੀ ਜੇਬ ਕੱਟੀ ਗਈ ਹੈ ਮੈਨੂੰ ਕਿਰਾਇਆ ਚਾਹੀਦਾ ਵੇ, ਸਵਾਲ ਕਰਨ ਲੱਗ ਪੈਂਦੇ ਨੇ, ਮੰਗਣ ਲੱਗ ਪੈਂਦੇ ਨੇ, ਮੰਗਣ ਦੇ ਤਰੀਕੇ ਵੀ ਮੁਖਤਲਫ ਹੋ ਗਏ ਨੇ। ਪਰ ਇਮਾਮ ਸ਼ਾਫੀ ਦੀ ਜੇਬ ਕੱਟੀ ਗਈ, ਕਿਸੇ ਅੱਗੇ ਹੱਥ ਨਹੀਂ ਕੀਤਾ, ਕਸ਼ਤੀ 'ਚ ਬੈਠੇ ਨੇ, ਇੱਕ ਬੰਦੇ ਨੇ ਆਣ ਕੇ ਤਰਸ ਖਾ ਕੇ ਇੱਕ ਰੋਟੀ ਦਿੱਤੀ, ਯਾਰ ਮੰਗਦਾ ਵੀ ਨਹੀਂ, ਇਹ ਕਿਸੇ ਅੱਗੇ ਸਵਾਲ ਵੀ ਨਹੀਂ ਕਰਦਾ। ਆਂਦੇ ਨੇ ਇੱਕ ਰੋਟੀ ਦਿੱਤੀ, ਇੱਕ ਬੁਰਕੀ ਖਾ ਲਈ, ਫਿਰ ਇੱਕ ਰੋਟੀ ਦਿੱਤੀ, ਇਹਨਾਂ ਦਾ ਨਾਮ ਮੁਹੰਮਦ ਸੀ, ਬਾਪ ਦਾ ਨਾਮ ਅਦਰੀਸ ਸੀ, ਯਮਨ ਵਿੱਚ ਯਤੀਮ ਹੋਏ, ਮਾਂ ਮੱਕੇ ਆ ਗਈ, ਮੱਕੇ 'ਚ ਲੋਕਾਂ ਨੇ ਇਹਨਾਂ ਦੇ ਘਰ ਮਾਨਤਾ ਰੱਖਣੀਆਂ ਸ਼ੁਰੂ ਕਰਤੀਆਂ। ਇਹ ਉਹ ਇਮਾਮ ਸ਼ਾਫੀ ਏ, ਵੀਰਾ ਜੇਬ ਕੱਟੀ ਗਈ, ਕਿਸੇ ਅੱਗੇ ਹੱਥ ਨਹੀਂ ਕੀਤਾ, ਰੋਟੀ ਇੱਕ ਮਿਲੀ, ਇੱਕ ਬੁਰਕੀ ਖਾਧੀ, ਇਮਾਮ ਅਹਿਮਦ ਦੇ ਸ਼ਹਿਰ ਪਹੁੰਚ ਗਏ। ਹਜ਼ਰਤ ਇਮਾਮ ਅਹਿਮਦ ਦੀ ਬੇਟੀ ਆਉਂਦੀ ਏ, ਅੱਜ ਵੇਖਾਂਗੀ ਮੇਰੇ ਘਰ ਵਾਲੀ ਲਾ ਰਿਹਾ ਏ, ਜਿਹਦੇ ਵਾਸਤੇ ਮੇਰਾ ਬਾਬਾ ਤਹੱਜਦ ਵਿੱਚ ਦੁਆਵਾਂ ਕਰਦਾ ਏ ਨਾ। ਅੱਲਾਹੁ ਅਕਬਰ। ਉਸ ਦੌਰ ਦੇ ਇਮਾਮ ਇੱਕ ਦੂਸਰੇ ਦੀ ਲੰਬੀ ਉਮਰ ਮੰਗਦੇ ਸੀ, ਅੱਜ ਦੇ ਇਮਾਮ ਇੱਕ ਦੂਸਰੇ ਦੀ ਮੁਖਾਲਫਤ ਕਰਦੇ ਨੇ। ਤਾਈਆਂ ਦੀਨ ਨੰਜਾ ਚੋਂ ਬਾਹਰ ਨਹੀਂ ਜਾਂਦਾ, ਤਾਈਆਂ ਦੀਨ ਆਰਫ ਚੋਂ ਬਾਹਰ ਨਹੀਂ ਜਾਂਦਾ, ਤਾਈਆਂ ਦੀਨ ਸਾਹੀਵਾਲ ਚੋਂ ਬਾਹਰ ਨਹੀਂ ਜਾਂਦਾ। ਪਰ ਜਿੰਨਾ ਇਮਾਮਾਂ ਦੀਆਂ ਉਮਰਾਂ ਦੀਆਂ ਦੁਆਵਾਂ ਮੰਗੀਆਂ ਹੈ, ਉਹ ਇਮਾਮ ਸ਼ਾਫੀ ਦਾ ਜ਼ਿਕਰ ਨੰਜਾ ਚ ਪਹੁੰਚ ਗਿਆ।
ਉਹਨਾਂ ਦੀਆਂ ਲਿਖੀਆਂ ਹਦੀਸਾਂ ਮੇਰੇ ਤੱਕ ਪਹੁੰਚ ਗਈਆਂ, ਤੇਰੇ ਤੱਕ ਪਹੁੰਚ ਗਈਆਂ। ਸੁਣੀਏ ਅੱਜ ਦਾ ਦਰਸੇ ਕੁਰਾਨ। ਹਜ਼ਰਤ ਇਮਾਮ ਸ਼ਾਫੀ ਪਹੁੰਚ ਗਏ, ਰੋਟੀ ਰੱਜ ਕੇ ਖਾਧੀ। ਬੇਟੀ ਆਉਂਦੀ ਏ, ਇਹਨਾਂ ਤੇ ਰੱਜ ਕੇ ਖਾਣਾ ਖਾਧਾ, ਇਹਨਾਂ ਇਹ ਤੇ ਭੁੱਖ ਰੱਖ ਕੇ ਖਾਧਾ ਹੀ ਨਹੀਂ ਗਾ। ਵੀਰਾ ਸੁਣੀਏ ਜ਼ਰਾ ਧਿਆਨ ਨਾਲ। ਇਸ਼ਾ ਦੀ ਨਮਾਜ਼ ਪੜ੍ਹੀ, ਸੌ ਗਏ, ਸਵੇਰੇ ਫਜਰ ਪੜ੍ਹੀ ਆ ਗਏ, ਨਾਸ਼ਤਾ ਵੀ ਰੱਜ ਕੇ ਕੀਤਾ। ਵੀਰਾ ਇਮਾਮ ਸ਼ਾਫੀ ਆਉਂਦੇ ਨੇ, ਬੇਟਾ ਅਹਿਮਦ ਜਦੋਂ ਮੈਂ ਤੇਰੇ ਘਰ ਆਇਆ, ਮੇਰਾ ਪੇਟ ਸੁੱਕ ਕੇ ਨਾਲ ਲੱਗਾ ਸੀ, ਹੋਂਠ ਖੁਸ਼ਕ ਸਨ, ਰੰਗ ਪੀਲਾ ਸੀ। ਹਾਂਸਤਾ ਜੀ ਕਹਿੰਦੇ ਮੇਰੀ ਜੇਬ ਕੱਟੀ ਗਈ, ਮੈਂ ਰਸਤੇ 'ਚ ਕਿਸੇ ਅੱਗੇ ਹੱਥ ਨਹੀਂ ਕੀਤਾ, ਲੋਕਾਂ ਤਰਸ ਖਾ ਕੇ ਇੱਕ ਰੋਟੀ ਦਿੱਤੀ, ਮੈਂ ਇੱਕ ਬੁਰਕੀ ਖਾਧੀ, ਦੋ ਦਿੱਤੀਆਂ ਮੈਂ ਇੱਕ ਬੁਰਕੀ ਖਾਧੀ, ਤਿੰਨ ਦਿੱਤੀਆਂ ਮੈਂ ਇੱਕ ਬੁਰਕੀ ਖਾਧੀ। ਆਂਦੇ ਉਸਤਾਦ ਜੀ ਤੁਸੀਂ ਖਾ ਲੈਣੀ ਸੀ, ਕਿਹੜੀ ਮੰਗ ਕੇ ਲਈ ਸੀ? ਆਂਦੇ ਨੇ ਬੇਟਾ ਇੱਕੋ ਹੀ ਡਰ ਨਹੀਂ, ਖਾਧੀ ਨਹੀਂ, ਕਿਉਂਕਿ ਤੇ ਹਰਾਮ ਦਾ ਲੁਕਮਾ ਮੇਰੇ ਪੇਟ 'ਚ ਨਾ ਚਲਾ ਜਾਏ, ਹਰਾਮ ਮੇਰੇ ਪੇਟ 'ਚ ਨਾ ਚਲੇ ਜਾਏ। ਉਹ ਜਿਹੜੀ ਬੁਰਕੀ ਖਾਣਾ ਸਾਂ, ਹਦੀਸ ਤੇ ਕੁਰਾਨ ਦੀ ਨਸ ਨਾ ਖਾਣਾ ਸਾਂ, ਕਿ ਹਰਾਮ ਖਾ ਕੇ ਵੀ ਜਾਨ ਬਚਾਉਣਾ ਫਰਜ਼ ਏ, ਉਨੀ ਕੁ ਖਾ ਲੈਣੀ ਏ ਜਿੰਨੀ ਜਾਨ ਬਚ ਜਾਏ। ਮੈਂ ਤੇ ਇਸ ਨਸ ਦੇ ਉੱਤੇ ਇੱਕ ਬੁਰਕੀ ਖਾ ਕੇ ਇਸ ਪੇੜ ਦੀ ਅੱਗ ਭੰਡੀ ਕੀਤੀ। ਕਹਿੰਦੇ ਨੇ ਉਸਤਾਦ ਜੀ ਮੇਰੇ ਘਰ ਰੱਜ ਕੇ ਕਿਉਂ ਖਾਧੀ ਏ? ਅਦੇ ਬੇਟਾ ਇੱਕੋ ਗੱਲ ਨੇ ਖਵਾਇਆ ਏ, ਜਿਹਦੇ ਕੋਲ ਪੈਗੰਬਰ ਦੀ ਮਾਨਤ ਏ, ਜਿਹੜਾ ਪੈਗੰਬਰ ਦੀ ਮਾਨਤ 'ਚ ਖਿਆਨਤ ਨਹੀਂ ਕਰਦਾ, ਕਿਸੇ ਦੀ ਮਾਨਤ 'ਚ ਵੀ ਖਿਆਨਤ ਨਹੀਂ ਕਰੇ। ਅੱਜ ਪੰਜ ਪੰਜ ਨਮਾਜ਼ਾਂ ਪੜ੍ਹ ਕੇ ਵੀ ਬੰਦੇ ਹੇਰਾ ਫੇਰੀ ਲਾਉਂਦੇ ਨੇ, ਤਜਤਾਂ ਪੜ੍ਹ ਕੇ ਵੀ ਹੇਰਾ ਫੇਰੀਆਂ ਲਾਉਂਦੇ ਨੇ। ਹਾਏ ਮੇਰੇ ਅੱਲਾ, ਕੈਸਾ ਲੋਕਾਂ ਦਾ ਇਮਾਨ ਬਣ ਗਿਆ ਏ, ਨਮਾਜ਼ਾਂ ਪੜ੍ਹੀ ਆਉਂਦੇ ਨੇ, ਰੋਜ਼ੇ ਵੀ ਰੱਖੀ ਜਾਣਾ ਹੈ, ਠੱਗੀਆਂ ਵੀ ਮਾਰੀ ਜਾਣਾ ਹੈ, ਹੱਜਾਂ ਵੀ ਕਰੀ ਜਾਣਾ ਹੈ, ਚੋਰੀਆਂ ਵੀ ਕਰੀ ਜਾਣਾ ਹੈ, ਨਮਾਜ਼ਾਂ ਵੀ ਪੜ੍ਹੀ ਜਾਣਾ ਹੈ, ਰੋਜ਼ੇ ਵੀ ਰੱਖੀ ਜਾਣਾ ਹੈ, ਉਹ ਵੀਰਾ ਚੁਗਲੀਆਂ ਵੀ ਕਰੀ ਜਾਣਾ ਹੈ, ਤੇਰਾ ਮੇਰਾ ਇਮਾਨ ਕਿਸ ਤਰ੍ਹਾਂ ਦਾ ਹੈ? ਅੱਲਾਹੁ ਅਕਬਰ ਅੱਲਾਹ। ਮੇਰੇ ਵੀਰਾ ਇਮਾਮ ਸ਼ਾਫੀ ਕੀ ਕਹਿੰਦੇ ਨੇ, ਤੇਰੇ ਘਰ ਰੱਜ ਕਿਉਂ ਕਿਉਂ ਖਾਧਾ ਹੈ? ਸੂਰਤ ਅਨਫਾਲ, ਇਨੱਲਾਹ ਲਾ ਯੁਹਿੱਬੁਲ ਖਾਇਨੀਨ। ਅੱਲਾਹ ਬੇਈਮਾਨ ਨਾ ਪਿਆਰ ਨਹੀਂ ਕਰਦਾ। ਇਮਾਮ ਦੀ ਸਿਲੇ ਨੇ ਹਜ਼ਰਤ ਮੁਬਾਰਕ ਰਹਿਮਤੁੱਲਾ ਲੈ ਸਿੰਧ ਵਿੱਚੋਂ ਮੁਹਾਜਰ ਹੋ ਕੇ ਖੁਰਾਸਾਨ ਚਲੇ ਗਏ, ਉੱਥੇ ਇੱਕ ਬਾਗ ਦੀ ਰਾਖੀ ਕੀਤੀ। ਫਲ ਲੱਗਦੇ ਵੀ ਵੇਖੇ, ਫਲ ਪੱਕਦੇ ਵੀ ਵੇਖੇ, ਫਲ ਵੇਖਦੇ ਵੀ ਵੇਖੇ, ਫਲ ਡਿੱਗਦੇ ਵੀ ਵੇਖੇ। ਇੱਕ ਦਿਨ ਬਾਗ ਦਾ ਮਾਲਕ ਆਪਣੇ ਦੋਸਤਾਂ ਬੇਲੀਆਂ ਨੂੰ ਨਾਲ ਲੈ ਕੇ ਆਇਆ, ਕਹਿੰਦਾ ਮੁਬਾਰਕ ਮਿੱਠੇ ਮਿੱਠੇ ਫਲ ਲੈ ਕੇ ਆਉਣਾ। ਫਲ ਖੱਟੇ ਨਿਕਲੇ, ਫਿਰ ਲਿਆਓ ਫਲ ਖੱਟੇ ਨਿਕਲੇ, ਫਿਰ ਲਿਆਓ ਫਲ ਖੱਟੇ ਨਿਕਲੇ। ਬਾਗ ਦੇ ਮਾਲਕ ਨੂੰ ਗੁੱਸਾ ਆ ਗਿਆ, ਆਂਦਾ ਮੁਬਾਰਕ ਇੰਨੇ ਸਾਲ ਹੋ ਗਏ ਨੇ, ਤੂੰ ਮੇਰੇ ਬਾਗ ਦੀ ਰਾਖੀ ਕਰ ਰਿਹਾ ਹੈ, ਤੈਨੂੰ ਪਤਾ ਨਹੀਂ ਲੱਗਾ ਫਲ ਕਿਵੇਂ ਦੇ ਲਿਆਉਣੇ ਨੇ? ਆਂਦੇ ਸੁਣ ਮੇਰੇ ਬਾਗ ਦਿਆਂ ਮਾਲਕਾ, ਮੈਂ ਅੱਜ ਤੱਕ ਤੇਰਾ ਫਲ ਚੱਖਿਆ ਹੀ ਨਹੀਂ, ਫਲ ਮਿੱਠਾ ਕਿਹੜਾ ਤੇ ਖੱਟਾ ਕਿਹੜਾ ਵੇ? ਤੂੰ ਰੋਜ਼ਿਆਂ 'ਚ ਲੋਕਾਂ ਨਾਲ ਹੇਰਾ ਫੇਰੀਆਂ ਕਰਨ ਦਿਆਂ ਏ, ਰੋਜ਼ਿਆਂ 'ਚ ਦੋ ਨੰਬਰ ਚੀਜ਼ਾਂ ਵੇਚਣ ਦਿਆਂ ਏ, ਰੋਜ਼ਿਆਂ 'ਚ ਲੋਕਾਂ ਦੀਆਂ ਸਿਹਤਾਂ ਨਾਲ ਖੇਡਣਾ ਏ। ਓਏ ਮੁਸਲਮਾਨਾਂ, ਆਪਣਾ ਕਰਦਾਰ ਵੇਖ, ਅੱਲਾ ਵਾਲਿਆਂ ਦਾ ਕਰਦਾਰ ਵੇਖ, ਆਪਣਾ ਇਮਾਨ ਵੇਖ, ਅੱਲਾ ਵਾਲਿਆਂ ਦਾ ਇਮਾਨ ਵੇਖ। ਮਾਤ ਦੇ ਮਾਲਕ ਦੇ ਦਿਲ 'ਤੇ ਅਸਰ ਹੋ ਗਿਆ, ਆਂਦਾ ਕਰਮਾਂ ਵਾਲੀਏ ਰਿਸ਼ਤਾ ਲੱਭ ਲਿਆ ਏ, ਮੈਂ ਆਪਣੀ ਬੇਟੀ ਦਾ ਰਿਸ਼ਤਾ ਇਸ ਬਾਗ ਦੇ ਨੌਕਰ ਨਾਲ ਕਰਨਾ ਏ, ਮਾਲੀ ਨਾਲ ਕਰਨਾ ਏ। ਅਤੇ ਬੀਵੀ ਵੀ ਬੜੀ ਆਂਦੀ ਏ, ਬਾਪ ਨੇ ਵੀ ਕਦੀ ਧੀਆਂ ਦਾ ਬੁਰਾ ਤੱਕਿਆ ਏ, ਜਿਵੇਂ ਤੂੰ ਰਾਜ਼ੀ ਹੋਏ ਮੈਂ ਰਾਜ਼ੀ ਏ, ਤੇ ਅੱਖਾਂ ਡੁੱਲ ਪਈਆਂ, ਧੀਆਂ ਹੁੰਦੀਆਂ ਨੇ ਦੌਲਤਾਂ ਬਗਾਨੀਆਂ, ਸਾਡਾ ਖੇੜਾ ਜ਼ੋਰ ਬਾਬਲਾ ਜਦੋਂ ਚੜ੍ਹਾ ਕੋਠੀਆਂ ਵੇਖ ਕੇ ਧੀਆਂ ਵਿਆਉਣ ਵਾਲਿਆ, ਓਏ ਮਰਲੇ ਮਰੱਬੇ ਵੇਖ ਕੇ ਵਿਆਉਣ ਵਾਲਿਆ, ਓਏ ਕੋਠੀਆਂ ਕਾਰਾਂ ਵੇਖ ਕੇ ਰਿਸ਼ਤੇ ਕਰਨ ਵਾਲਿਆ, ਓਏ ਹਾਜੀਆਂ ਨਮਾਜ਼ੀਆਂ, ਓਏ ਦੀਨ ਦੇ ਠੇਕੇਦਾਰਾ, ਤਾਈਏ ਤੇ ਸੁਖ ਤੇਰੀ ਧੀ ਦੀ ਕਿਸਮਤ 'ਚ ਨਹੀਂ, ਸੁਖ ਤੇਰੀ ਕਿਸਮਤ 'ਚ ਨਹੀਂ, ਲੱਖਾਂ ਕਰੋੜਾਂ ਲਾ ਕੇ ਵੇ ਉੱਜੜਦਾ ਏ, ਤੇਰੇ ਘਰਾਂ 'ਚ ਸੁਖ ਨਹੀਂ। ਆ ਵੇਖ ਨਾ ਮੰਗਣੀ ਕਰਨ ਗਿਆ ਏ, ਨਾ ਰਿਸ਼ਤੇ ਵਾਲਿਆਂ ਨੂੰ ਪੈਸੇ ਦਿੱਤੇ ਨੇ। ਜਦੋਂ ਇਮਾਨ ਬਿਆਰ ਹੋਵੇ, ਫਿਰ ਅੱਲਾ ਰਿਸ਼ਤੇ ਘਰ ਤੋੜ ਕੇ ਲੈ ਆਉਂਦਾ ਏ। ਆਉਂਦਾ ਕੀ ਏ ਧੀ ਵਾਲਾਂ ਦੀ ਦਿੱਤੀ ਏ ਇਮਾਨ ਵੇਖ ਕੇ? ਜ਼ਰਾ ਸੁਣ, ਜ਼ਰਾ ਧਿਆਨ ਨਾਲ। ਤੇਰੇ ਭਰਾ ਦਾ ਪੁੱਤਰ ਹਾਫਜ਼ੇ ਕੁਰਾਨ, ਤੂੰ ਰਿਸ਼ਤੇ ਪੈਂਟੂ ਸ਼ਲਟੂ ਨੂੰ ਦੇਣਾ ਹੈ, ਤੂੰ ਰਿਸ਼ਤੇ ਜਨਾਬ ਦੁਨੀਆਦਾਰਾਂ ਨੂੰ ਦੇਣਾ ਹੈ, ਤੇਰੇ ਭਰਾ ਦੀ ਧੀ ਆਲਮਾ ਫਾਜ਼ਲਾ, ਤੂੰ ਰਿਸ਼ਤੇ ਮੇਮਾ ਨੂੰ ਦੇਣਾ ਹੈ।
तेरा म्यार हुसन है, तेरा म्यार दुनिया है। मैं भी तीन तियां दा बाप है, तियां हुंदियां ने दौलतां बगमियां। साडा केड़ा जोर बाबला जदों चढ़न तियां नूं जवानियां। मापे देंदे तोर बाबला नीवी पा के उत्थे तुर जांदियां। जिथे देंदे तोर बाबला तियां दूर ना व्यावी वेखी बाबला। ईदा लैके कौन आऊगा, रावा तक तक दिल डुब जाऊगा। ईदा लैके कौन आऊगा, लोकां दियां जदू जड़न तियां टुर जांदियां ने पेके। मैं उजड़ी किस पासे जावां, सोरे रहना पेके। गल सेवियां दी नहीं, गल प्योणियां दी नहीं, गल शैंपू दी नहीं, गल साबन दी नहीं। इत्थे लौर दी मंडी चों ही लभ जांदियां ने, फैसलाबादों ही लभ जांदियां ने, शेखूपुरियों ही लभ जांदियां, आरफ ते पाक बतन चों ही लभ जांदियां ने। ओ जिन्ना मंडियां च ये शैवां लभदियां, उन्हां मंडियां च दल जाण वाला बाप नहीं लभदा। उन्हां मंडियां च दल जाण वाला वीर नहीं लभदा। अज गड्डी बह जाए समान भर के तोड़ा ते धी दे बूहे ते चले दी, धीए नासर मदनी आया सी, वाकया बाबल नहीं लभदा। शैवां लभ जांदियां ने, भरा तुर पिया जे ईद देण अपनियां बेटियां नूं अपनियां भैणां नूं। बड़े वड्डे जुमले सस्सां कहिंदियां ते साऊ हुंदी, तेरे पिछले क्यों ना आंदे। मैं जुमला कहांगा सुनिए जरा ध्यान नाल, ईदां ते शिवरातां आईयां, लोक ग्रां आए ओ नहीं आंदे। फिर मुहम्मद जिन्हां नूं मौतां लजाए, ओ टुर गए वीर मुहब्बतां वाले ते लै गए ने नाल ही हासे। यार मुहम्मद हुण दिल नहीं लगदा, हुण जाइए केड़े पासे। अर्ज करना चाह रहा जरा सुनिए, एक घंटा गुजरदा पिया टाइम दा पता नहीं लगा। मैं वेख रहा सिरां ते परिंदे बैठे ने, दरसे कुरान दिल न सुनंदे ने, दिल दियां अखां ते दिल दे कन्नां न सुनंदे जे। लफ़ज बड़े निंजा दे बासी सुनन वाले ने, क्या ईमान वाला जुमला है। कितने बैठे जे वीरो शादी होन लगी है, जंज बैठी है, निकाह पढ़ाउण वाला मौलवी बैठा है, विच लाड़ा कोई नहीं। हजरत मुबारक नूं बुलाया, रंबी फड़ी है मैले कपड़े ने, आंदे ने अरशां वाले किथे बाग दा मालक ते किथे मेरे जिहा नौकर, ते रिश्ते कराते ही उत्तों आवाज आई। फल लगदे भी वेखे, फल पकदे भी वेखे, फल डिगदे भी वेखे, फल वेखदे भी वेखे, किदे डर तो नहीं खादे। अरशां वालिया मैनूं तेरिया फिकरां सी, हरमा तेनूं मेरिया फिकरां, मैनूं तेरिया फिकरां ने। या अय्युहल्लज़ीना आमनू तक्कुल्ला वल तंज़ुर नफ्सुम मा कद्दमत लिगद। ओ लोको आसमान वाले रब नूं मन वालो, एह दिन दा लफ्ज किदे लई आउंदा, कल वास्ते आउंदा है ना। अल्लाह पाक फरमांदे ने अपने कल लई की भेजे आई, ए बंदा सामने खड़ा है ना, वीरा शादी हो गई, सत साल च लख रुपये की फट्टी लाउंदा, सत लख रुपया बन जाना सी, पर रहना बेईमान दा बेईमान। जे सत साल ईमान वरते आए, अपना एहतसाब किया है, अल्लाह ने बाग दा हिस्सेदार बना दिता है, बाग दा मालक बना। हज़रत इमाम अहमद इब्ने अंबल दा दौर है। मैं चाहना जे इन्ने को आके आ तेनू सुनावां, तेरा ईमान इथों वीरा ना प्याला खेती बंजर नू इंशाल्लाह आबाद करके भेजा। मैं सियां ला रहा है, रहमत दा सुहागा अल्लाह ने मार देना वे, उहदे कोल बख्शिश दे सुहागे ने। मैं ते सिर्फ जमीन बंजर बना रहा है, सियां ला रहा है, वो तेरी बंजर जमीन ते डिस्कां रोटावेटर फेर रहा है। मैं चाहना जमीन प्यारी बन जाए, रहमत आसमान तो हो जाए। अज
درسے قرآن دے اندر دل وچ ایک بات لے جانا وقت دا امام اے دس لاکھ دے سر سول دا پدی امام اے تے کالج رنگ دی بیبی اے نہ بی اے پڑھی نہ ایم اے پڑھی اے اج ننجا چ ہر بندہ ہی پڑھیا لکھیا اے اس پنڈ دی مائی اے سوتر کتیا چھج دے وچ پایا اے نی کملیے پہنے چوری دی بجلی چ قرآن پڑھی جانی اے चोरी दी बिजली चे सी ला के नमाज पढ़ी जानी है अपने बच्चियां दी हराम तनहा रख के जिक्र करी जानी है दरूद पढ़ी जानी है तस्बी पढ़ी जानी है नमाजा पढ़ी जानी है वेहनी पैने तू पढ़ी लिखी हो के कमली है ते ओ औरत न पाड़े ते इमाम अहमद दौर दी बद्दू औरत है ते छज विच सूतर दियां अटियां पाईया है आंदी वे पोते अहमद मेनू मसला मैं सूत्र कत दिए मैं वेचन जानिए दस के वेचा आ दिन का कत्या रात का कत्या इमाम अहमद भी रो रहे ने शिगिर्द भी रो रहे ने आंदी वे पुत मैं मसला पूछिया तो रो रहे हैं आंदी अम्मा आज पता लग गए कोई अल्लाह तो डरन वाला मेरे तो भी ज्यादा वास्ता पिया है कयामत यकीन रखने वाला कुछ भी इतने वास्ता पिया है आंदी अम्मा दिन दे कत्ते रात दे कत्ते ਜੇ ਫਰਕ ਹੁੰਦਾ ਹੈ ਆਂਦੇ ਪੁੱਤਰ ਰਾਤ ਦੀਵੇ ਦੀ ਰੋਸ਼ਨੀ ਚ ਕਾਦੀ ਏ ਗੰਨਾ ਰਹਿ ਜਾਂਦੀਆਂ ਸਪਾਈ ਨਹੀਂ ਆਉਂਦੀ ਸਵੇਰੇ ਸੂਰਜ ਦੀ ਰੋਸ਼ਨੀ ਚ ਕਾਦੀ ਏ ਸਪਾਈ ਬੜੀ ਆਉਂਦੀ ਏ ਤੇ ਆਂਦੇ ਨਹੀਂ ਅੰਮਾ ਤੈਨੂੰ ਕਿਹੜੀ ਸ਼ੈ ਨੇ ਮੇਰੇ ਕੋਲ ਭੇਜਿਆ ਹੈ ਆਂਦੇ ਪੁੱਤਰ ਰਾਤੀ ਮੈਨੂੰ ਨੀਂਦ ਨਹੀਂ ਪੈਂਦੀ ਕਿਤੇ ਅੱਲਾ ਕਿਆਮਤ ਨੂੰ ਪੁੱਛ ਨਾ ਲਵੇ ਤੂੰ ਦੱਸਿਆ ਕਿਉਂ ਨਹੀਂ ਸੀ ਆ ਦਿਨ ਦਾ ਕੱਤਿਆ ਰਾਤ ਦਾ ਕੱਤੇ ना चोरी कीती ना ठगी मारी तू दुध वेच पानी पा के वेची जा रहे हैं तू दो नंबर चीजा एक बना के वेची जा रहे हैं ओए तू रला के शैवा वेची जा रहे हैं थल्ली टोकरी च होर माल उतली टोकरी च होर माल सब्जी मंडी च जाओ थल्ली सब्जी होर तरह दी उतली सब्जी होर तरह दी थल्ले सेवा दी तय होर तरह दी उत्ते सेवा दी तय होर तरह दी ओ सूतर कत्तन वाली हाथ ਕੱਤਿਆ ਰਾਤ ਮਿਹਨਤ ਨਾਲ ਕੱਤਿਆ ਹੈ ਸਿਰਫ ਗੰਡਾਂ ਦੀ ਵਜ੍ਹਾ ਤੋਂ ਪੁੱਛਣ ਲੱਗੀ ਏ ਕਿਤੇ ਅੱਲਾ ਕਿਆਮਤ ਨੂੰ ਪੁੱਛ ਨਾ ਲਵੇ ਤੂੰ ਦੱਸਿਆ ਕਿਉਂ ਨਹੀਂ ਸੀ ਆ ਦਿਨ ਦਾ ਕੱਤਿਆ ਰਾਤ ਦਾ ਕੱਤਿਆ ਏ ਓ ਲੋਕੋ ਅੱਜ ਚਸ ਨਹੀਂ ਆ ਗਏ ਤੂੰ ਵੀ ਆਨਾ ਮਾਲਿਕ ਯੋਮੇ ਦੀਨ ਤੇ ਮੰਨਿਆ ਉਸ ਮਾਈ ਨੇ ਅਸੀਂ ਤੇ ਸਿਰਫ ਨਮਾਜ਼ਾਂ ਹੀ ਪੜ੍ਹ ਕੇ ਕਹਿੰਦੇ ਨਾ ਮਾਲਿਕ ਯੋਮੇ ਦੀਨ ਕਿਉਂ ਸਾਡਾ ਮਾਲਕ ਏ ਉਹਨੇ ਹਿਸਾਬ ਲੈਣਾ ਕੀ ਹਿਸਾਬ ਤੇਰਾ ਲੈਣਾ ਤੂੰ ਤੇ ਸਾਬ ਹੈ ਹੀ ਨਹੀਂ ਤੂੰ ਤੇ ਸਾਰੇ ਕੰਮ ਹੀ ਬੇਸਾਬੇ ਕਰ ਲੈ ਨੇ ਜਿਹਨੂੰ ਸਾਬ ਦੀ ਫਿਕਰ ਹੋਵੇ ਮਾਂ ਦੀ ਵੇ ਪੁੱਤਰ ਹਜ਼ਾਰ ਦਾ ਨੋਟ ਦਿੱਤਾ ਰੋਟੀ ਲੈ ਕੇ ਆਵੀਂ ਸਬਜ਼ੀ ਲੈ ਕੇ ਆਵੀਂ ਮਿਰਚਾਂ ਲੈ ਕੇ ਆਵੀਂ ਹਲਦੀ ਲੈ ਕੇ ਆਈ ਸ਼ਾਮਾਂ ਪੈ ਗਈਆਂ ਏ ਮਾਂ ਕਿੱਡੀ ਪਿਆਰ ਵਾਲੀ ਹੁੰਦੀ ਪੁੱਤਰ ਦੀ ਖਾਤਰ ਮਾਰ ਖੁਦ ਖਾ ਲੈਂਦੀ ਪਰ ਜਦੋਂ ਸਾਬ ਦੀ ਵਾਰੀ ਆਏ ਮਾਂ ਡੰਡਾ ਫੜ ਲੈਂਦੀ ਵੇ ਬੇਈਮਾਨਾ ਹਜ਼ਾਰ ਕਿੱਥੇ ਲਾ ਆਇਆ ਮੈਂ ਤੈਨੂੰ ਲੈਣ ਕੱਲਿਆ ਸਬਜ਼ੀ ਅੰਮਾ ਮੈਂ ਖਰਚ ਲਿਆ ਏ ਨਾਲੇ ਦਾਬੇ ਮਾਰਦੀ ਏ ਨਾਲੇ ਥਾਪੇ ਮਾਰਦੀ ਏ ਉਹ ਨੰਜਾ ਵਾਲਿਆ ਨਾ ਅੱਲਾ ਰਹਿਮਾਨ ਰਹੀਮ ਏ ਮਾਂ ਵੀ ਤੇ ਰਹਿਮ ਕਰਨ ਵਾਲੀ ਏ ਪਰ ਜਦੋਂ ਸਾਬ ਲੈਣ ਤੇ ਆਵੇ ਸੋਟਾ ਫੜ ਲੈਂਦੀ ਏ ਇਹ ਮਾਂ ਹੋ ਕੇ ਸਾਬ ਪੂਰਾ ਲੈਂਦੀ ਏ ਆਨਾ ਹਿਸਾਬ ਤੇ ਮਾਵਾਂ ਧੀਆਂ ਦਾ ਵੀ ਏ ਉਹ ਜਦੋਂ ਰਹਿਮ ਵਾਲੀ ਮਾਂ ਹਿਸਾਬ ਚ ਸਖਤੀ ਕਰਕੇ ਆਉਂਦੀ ਕਿੱਥੇ ਹਜ਼ਾਰ ਘਰ ਘਰ ਆਇਆ ਜੋ ਨੇ 70 ਸਾਲ ਦਾ ਹਿਸਾਬ ਮੰਗ ਲਿਆ ਤੇ ਮਾਮਲਾ ਕੀ ਬਣੇਗਾ ਜੇ ਅੱਲਾ ਨੇ ਹਿਸਾਬ ਮੰਗ ਲਿਆ ਤੇ ਉੱਥੇ ਕੀ ਬਣੇ ਅੱਜ ਕਿੰਨੇ ਦੋਸਤ ਬੈਠੇ ਜੇ ਜ਼ਰਾ ਸੁਣੀਏ ਨੰਜਾ ਚ ਆਪਣਾ ਤਸਾਬ ਕਰਕੇ ਮਸੀਹ ਤੋਂ ਨਿਕਲਣਾ ਹੈ ਕਿਸੇ ਪੁੱਤਰ ਦੀ ਖਾਤਰ ਜੇਲੀ ਨੋਟ ਨਾ ਚਲਾਵੀ ਮੈਲਾ ਨੋਟ ਨਾ ਚਲਾਵੀ ਕਿਸੇ ਦੀ ਖਾਤਰ ਠੱਗੀ ਨਾ ਮਾਰੀ ਕਿਸੇ ਦੀ ਖਾਤਰ ਹੇਰਾ ਓ ਜਿਨ੍ਹਾਂ ਦੀ ਖਾਤਰ ਤੂੰ ਠੱਗੀਆਂ ਮਾਰਨੀਆਂ ਏ ਜਿਨ੍ਹਾਂ ਦੀ ਖਾਤਰ ਤੂੰ ਹੇਰਾ ਫੇਰੀਆਂ ਕਰਨੀਆਂ ਏ ਇਹਨਾਂ ਤੇਰੀ ਮਈਅਤ ਅਜੇ ਕਬਰਾਂ 'ਚ ਨਹੀਂ ਜਾਣੀ ਤੇ ਦੇਗਾਂ ਦੇ ਢੱਕਣ ਖੋਲ ਦੇਣੇ ਰੋਟੀਆਂ ਖਾਣ ਲੱਗ ਪੈਣ ਜਨਾਜ਼ਾ ਅਜੇ ਗਲੀ 'ਚ ਹੁੰਦਾ ਤੇ ਬੀਬੀਆਂ ਰੋਟੀ ਖਾਣ
ਉੱਤੋਂ ਆਵਾਜ਼ ਆਉਂਦੀ ਜਿਨ੍ਹਾਂ ਲਈ ਤੂੰ ਪਾਪ ਕਮਾਵੇ ਉਹ ਕਿੱਥੇ ਨੇ ਤੇਰੇ ਘਰ ਦੇ ਕੋਈ ਨਾ ਇਸ ਨੂੰ ਰੱਖ ਲੋ ਕਹਿੰਦਾ ਸਾਰੇ ਕੱਢੋ ਕੱਢੋ ਕਰਦੇ ਅੱਲਾਹ ਦੇ ਨਬੀ ਫਰਮਾਉਂਦੇ ਨੇ ਸੁਣਿਆ ਜਿਹੜਾ ਧਿਆਨ ਦੇ ਨਾਲ ਸਾਡਾ ਤੇ ਇਤਸਾਬ ਦੁਨੀਆ ਦਾ ਹੈ ਨਾ ਸਿਹਾਬਾ ਦਾ ਇਤਸਾਬ ਹੋਰ ਸੀ ਸਿਹਾਬਾ ਦੀ ਜ਼ਿੰਦਗੀ ਹੋਰ ਸੀ ਅੱਲਾਹ ਵਾਲਿਆਂ ਦੀ ਜ਼ਿੰਦਗੀ ਹੋਰ ਸੀ ਉਹਨਾਂ ਦਾ ਈਮਾਨ ਕਿਤਨਾ ਉੱਚਾ ਸੀ ਮੈਂ ਕਿੱਡੀ ਵੱਡੀ ਗੱਲ ਸਮਝਾਈ ਅੱਜ ਦੇ ਦਰਸ ਵਿੱਚ ਕਿ ਸਾਨੂੰ ਆਪਣਾ ਇਤਸਾਬ ਕਰਨਾ ਚਾਹੀਦਾ ਹੈ ਆਪਣੀ ਤਿਆਰੀ ਜਗਾ ਜੀ ਲਗਾਨੇ ਕਿ ਦੁਨੀਆ ਨਹੀਂ ਹੈ ਇਹ ਇਬਰਤ ਕੇ ਜਾ ਹੈ ਤਮਾਸ਼ਾ ਨਹੀਂ ਹੈ ਮੱਗੀ ਹੋ ਗਏ ਲਾਓ ਮੱਕਾ ਕੈਸੇ ਕੈਸੇ ਜ਼ਮੀਨ ਖਾ ਗਏ ਨਾ ਜਵਾਨ ਕੈ ਸਿਆਲਕੋਟ ਦੀ ਬੀਬੀ ਚਵਿੰਡੇ ਦੇ ਇਲਾਕੇ ਦੀ ਜ਼ਫਰਵਾਲ ਦੀ ਉਹਨੇ ਮੈਨੂੰ ਫੋਨ ਕੀਤਾ ਵੇ ਪੁੱਤਰ ਮਦਨੀ ਸਾਡੇ ਘਰ ਦਾਵਤ ਖਾਣ ਆਉਣਾ ਹੀ ਉਹਦੇ ਬੰਦੇ ਨੇ ਮੈਨੂੰ ਗੱਲ ਸੁਣਾਈ ਆਂਦਾ ਮੈਂ ਆਪਣੇ ਘਰ 'ਚ ਪੈਸੇ ਲਿਆਂਦੇ ਬਹੁਤ ਬੜਾ ਅਫਸਰ ਸੀ ਆਂਦਾ ਤੁਹਾਡਾ ਜੁਮਾ ਸੁਣਿਆ ਮੇਰੀ ਬੀਵੀ ਨੇ ਮੈਨੂੰ ਆਉਂਦੀ ਆ ਪੈਸੇ ਕਿੱਥੋਂ ਲਿਆਉਂਦੇ ਨੇ ਆਉਂਦੇ ਆ ਮੈਂ ਉਹਨੂੰ ਕਿਹਾ ਰੱਖ ਲਾ ਉਹਨੇ ਕਿਹਾ ਨਹੀਂ ਤਨਖਾਹ ਕਿੰਨੀ ਉਹਨੇ ਕਹਿਣੀ ਤੇ ਆ ਉੱਤੇ ਕਿੰਨੇ ਲਿਆਉਂਦੇ ਨੇ ਕਹਿੰਦਾ ਰੱਖ ਲਾ ਉਹਨੇ ਕਿਹਾ ਨਹੀਂ ਜੇ ਹਲਾਲ ਨੇ ਤੇ ਦੱਸ ਨਹੀਂ ਤੇ ਜਾਂ ਮੈਂ ਅੱਜ ਰਾਤ ਤੇਰੇ ਘਰ ਰਵਾਂਗੀ ਜਾਂ ਹਰਾਮ ਤੇਰੇ ਘਰ ਰਵੇਗਾ ਕਹਿੰਦੀ ਮੈਨੂੰ ਤਲਾਕ ਦੇ ਆਂਦਾ ਮੈਂ ਪੈਸੇ ਵਾਪਸ ਦੇਣ ਚੱਲਿਆ ਮੈਨੂੰ ਆਂਦੀ ਉਹਦੇ ਕੋਲ ਮਾਫ਼ੀ ਵੀ ਮੰਗ ਕੇ ਆ ਤੁਹਾਨੂੰ ਪੈਸੇ ਵੀ ਵਾਪਸ ਕਰਕੇ ਆ ਨੀ ਪੈਣਾ ਇਸ ਵਾਕਿਆ ਨੇ ਘਰ ਵਸਾਇਆ ਹੈ ਉਹ ਆਂਦੇ ਨੇ ਅੱਜ ਤੱਕ ਸਾਡੇ ਘਰ 'ਚ ਸਕੂਨ ਹੈ ਅੱਜ ਨੰਜਾ 'ਚ ਕਿੰਨੀਆਂ ਔਰਤਾਂ ਮੌਲਵੀ ਸੁਣ ਸੁਣ ਕੇ ਬੁੱਢੀਆਂ ਹੋ ਗਈਆਂ ਨੇ ਨੀ ਫਲਾਣੀਏ ਤੂੰ ਕਿਹਨੂੰ ਸੁਣਨੀ ਹੈ ਮੈਂ ਫਲਾਣੇ ਮੌਲਵੀ ਨੂੰ ਸੁਣਨੀ ਹੈ ਅੱਛਾ ਤੂੰ ਕਿਹਨੂੰ ਸੁਣਨੀ ਹੈ ਮੈਂ ਫਲਾਣੇ ਮੌਲਵੀ ਨੂੰ ਸੁਣਨੀ ਹੈ ਸਾਡੇ ਘਰ 'ਤੇ ਫਲਾਣਾ ਮੌਲਵੀ ਲੱਗਾ ਹੀ ਰਹਿੰਦਾ ਤਕਰੀਰ 'ਤੇ ਅਸੀਂ LCD 'ਤੇ ਵਹਿੰਦੀਆਂ ਰਹਿੰਦੀ ਹੈ ਬੱਲੇ ਨਹੀਂ ਨੇਕ ਹੱਜ ਨੇ ਮੌਲਵੀ ਸਾਰਾ ਦਿਨ ਸੁਣਨੀ ਹੈ ਹਰਾਮ ਪੁੱਤਰ ਲੈ ਕੇ ਆਉਂਦੇ ਨੇ ਕਦੀ ਡੱਕੇ ਆਈ ਨਹੀਂ ਖਾਮਦ ਹਰਾਮ ਲੈ ਕੇ ਆਵੇ ਕਦੀ ਡੱਕੇ ਆਈ ਨਹੀਂ ਅੱਜ ਕਿਤਨੇ ਮੁਸਲਮਾਨ ਨੇ ਜਿਹਨਾਂ ਪੁੱਤਰਾਂ ਨੂੰ ਕਦੀ ਪੁੱਛਿਆ ਵੇ ਮੇਰੀ ਤਨਖਾਹ 40,000 ਆ ਤੇਰੇ ਕੋਲ ਲੱਖ ਦਾ ਮੋਬਾਈਲ ਕਿੱਥੋਂ ਆਇਆ ਪੁੱਛਿਆ ਜੀ ਇਮਾਨ ਮਹਿਤਸਾਬਨ ਸਿਰਫ ਹਦੀਸਾਂ ਹੀ ਸੁਣਨੀਆਂ ਨੇ ਅਸੀਂ ਆਪਣਾ ਇਤਸਾਬ ਕਰਦੇ ਆਪਣੇ ਆਖਰਤ ਨੂੰ ਸਾਹਮਣੇ ਰੱਖਦੇ ਪਰ ਜਿਨ੍ਹਾਂ ਨੇ ਇਮਾਨ ਦੀ ਦੌਲਤ ਪੱਲੇ ਬੰਨੀ ਹੋਵੇ ਕਿ ਮੈਂ ਕਬਰ 'ਚ ਜਵਾਬ ਦੇਣਾ ਅੱਲਾਹ ਦੇ ਨਬੀ ਨੇ ਫਰਮਾਇਆ ਸੁਣ ਲਓ ਇੱਕ ਜਨਾਜ਼ਾ ਆਇਆ ਸੋਹਣੇ ਨਬੀ ਨੇ ਪੁੱਛਿਆ ਆ ਬੀਬੀ ਕਿਵੇਂ ਦੀ ਸੋਹਣਾ ਨਬੀ ਇੱਥੇ ਵੀ ਇਤਸਾਬ ਕਰਦਾ ਸੀ ਇੱਕ ਸਿਹਾਬੀ ਆਂਦਾ ਸੋਹਣਿਆ ਇਹ ਨਮਾਜ਼ ਰੋਜ਼ ਥੋੜ੍ਹੀ ਤੰਗ ਹੀ ਸੀ ਪਰ ਇਹਦਾ ਅਖਲਾਕ ਬੜਾ ਚੰਗਾ ਮੁਹੱਲੇ ਵਾਲੇ ਆਉਂਦੇ ਨੇ ਇਹਦੇ ਥਾਂ ਅਸੀਂ ਮਰ ਜਾਂਦੇ ਆਪਨੇ ਫਰਮਾਇਆ ਜਿਹਨੂੰ ਲੋਕੀ ਚੰਗਾ ਕਰਨੇ ਅਖਲਾਕ ਦੀ ਵਜ੍ਹਾ ਤੋਂ ਅੱਲਾਹ ਪਾਕ ਨੇ ਇਹਨੂੰ ਬਖਸ਼ ਦਿੱਤਾ ਤੇ ਇੱਕ ਔਰਤ ਦਾ ਜਨਾਜ਼ਾ ਆਇਆ ਤੇ ਆਪਨੇ ਪੁੱਛਿਆ ਵੀ ਇਹ ਕਿਵੇਂ ਦੀ ਆਂਦੇ ਸੋਹਣਿਆ ਇਹ ਨਮਾਜ਼ ਰੋਜ਼ ਦੀ ਬੜੀ ਪੱਕੀ ਹੈ ਪਰ ਮੱਲਾ ਸਾਰਾ ਹੀ ਇਹਦੇ ਤੋਂ ਤੰਗ ਆਪਨੇ ਫਰਮਾਇਆ ਇਹ ਆਪਣੇ ਬਦ ਅਖਲਾਕ ਹੋਣ ਦੀ ਵਜ੍ਹਾ ਤੋਂ ਜਨਮ ਜਾਏਗਾ ਅੱਛਾ ਵੀ ਅਖਲਾਕ ਕਿਹਦਾ ਨਾਮ ਤੁਸੀਂ ਰੱਖਿਆ ਆ ਮਿੱਠੀ ਜ਼ਬਾਨ ਦਾ ਨਹੀਂ ਇਹ ਤਾਂ ਮੁਨਾਫਕਾਂ ਦੀ ਵੀ ਬੜੀ ਮਿੱਠੀ ਜ਼ਬਾਨ ਸੀ ਝੂਠੇ ਬੰਦੇ ਦੀ ਬੜੀ ਮਿੱਠੀ ਜ਼ਬਾਨ ਹੁੰਦੀ ਆ ਦੁਕਾਨਦਾਰ ਕਿੰਨੇ ਝੂਠ ਮਿੱਠੇ ਬੋਲ ਕੇ ਤੁਹਾਨੂੰ ਸੌਦਾ ਦੇ ਦੇ ਬੋਲੋ ਯਾਰ ਕਿੰਨੀ ਮਿੱਠੀ ਜ਼ਬਾਨ ਹੁੰਦੀ ਭੈਣਾਂ ਲੈ ਜਾ ਵੀਰ ਲੈ ਜਾ ਸੌਦਾ ਬੜਾ ਚੰਗਾ ਇਹ ਬੜਾ ਮੁਕਾਮ ਤੋ ਘਰ ਲਿਆ ਕੇ ਵੇਖੀਦਾ ਤਾਂ ਭੈਣਾ ਹੀ ਨਹੀਂ ਉਹ ਇਹ ਨਹੀਂ ਖਲਾਕ ਸਾਜਦ ਸਾਹਿਬ ਨੂੰ ਪੁੱਛਣਾ ਮੌਲਾਨਾ ਯੂਸਫ ਸਾਹਿਬ ਸ਼ੇਖੁਲ ਹਦੀਸ ਸਾਹਿਬ ਨੇ ਇੱਧਰ ਉਨਸੇ ਪੁੱਛਣਾ ਅਖਲਾਕ ਰਵੱਈਏ ਕੋ ਕਹਿਤੇ ਹੈ ਅਖਲਾਕ ਆਦਾਤ ਕਾ ਮਜਮੂਆ ਹੈ ਜਿੰਨੀਆਂ ਆਦਤਾਂ ਚੀਆਂ ਨੇ ਉਹਨੂੰ ਕਿਹਾ ਵਾ ਇੰਨਾ ਕਾ ਲਾਲਾ ਖੁਲਕਿਨ ਅਜ਼ੀਮ ਅੱਲਾ ਨੇ ਸਾਰੀ ਕਾਇਨਾਤ ਤੋਂ ਅੱਛੀਆਂ ਆਦਤਾਂ ਆਪਣੇ ਨਬੀ ਵਿੱਚ ਪਾਈਆਂ ਸੀ ਯੋ ਤੋ ਸਾਰੇ ਨਬੀ ਮੋਹਤਰਮ ਹੈ ਮੇਰੇ ਆਕਾ ਕਾ ਮਨਸਬ ਜੁਦਾ ਹੈ ਉਨਕੇ ਰਤਬੇ ਕੀ ਹੱਦ ਕਿਆ ਬਿਆਹੋਂ ਮੇਰੇ ਆਕਾ ਕਾ ਰੁਤਬਾ ਜੁਦਾ ਹੈ ਹਮਨੇ ਆਪਣੇ ਬੜੋਂ ਸੇ ਸੁਨਾ ਹੈ
مولا ساجد سب سے بڑا ہے، عبد الرشید اظہر سے بڑا ہے، لامہ احسان ظہیری سے سنا ہے، ایک اللہ ہی ان سے بڑا ہے۔ حضور کا رویہ اخلاق ایسا تھا کہ لوگ دیکھ کے مسلمان۔ آخری بات اور میرا سلام ہے، حضرت سیدہ ختیجہ الکبریٰ سلام اللہ علیہا نے مکے دی عظیم عورت امیر عورتوں کے خط پہ دیتا کہ میں مصطفیٰ نے نکاح کرنا چاہتی ہوں۔ انہاں کیا کیوں؟ کہندی محمد جیسا صادق بھی کوئی نہیں تے امین بھی کوئی نہیں، آج ساڈا تول بھی نہیں چنگا، ساڈا منہ دا بول بھی نہیں چنگا، ساڈا رویہ بھی نہیں چنگا، آتا بھی نہیں چنگیاں، اور اسی سب تو بڑے دین دے ٹھیکیدار بن۔ میرے دوستو، آج جو میں ایمان دی دعوت دیتی ہے، اپنا ایمان پکا بناؤ۔ رب رحمتاں برکتاں اٹھا لیندا، جتھے نیتاں دے وچ کھوٹ ہوے او چگا خیر نہیں۔ تہاڈا پنڈ سارا زمینداراں دا نا، تے آخری مہینے کئیاں دی کنک مکی ہوندی ہے، پڑولیاں چ مکی ہوندی ہے کہ نہیں؟ بولو کیوں مکی ہوں بھلا؟ رب رحمتاں برکتاں اٹھا لیندا، جتھے نیتاں دے وچ کھوٹ ہوے او چگا خیر نہیں وسدا، جتھے وچ بھراواں دے کھوٹ ہوے رب کدی وی نہیں اوتھے کرم کردا، جتھے وسدا نیت دا سوٹ ہوے اس واز وچ نفع نہیں ہوندا، جتھے گل گل نال چوٹ ہوے عملاں باج نہ بخششاں ہوں نمیاں، عملہ باج نہ رب رحمان ملدا، عملہ باج نہ جنت مکان ملدا، عملہ باج نہ مومنا شان ملدا۔